ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਤੇ ਦੋਸਤੋ CBSE ਵੱਲੋਂ ਅੱਜ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ 10ਵੀਂ ਜਮਾਤ ਦੀ ਪਾਸ ਪਰਸੈਂਟੇਜ 93.12% ਹੈ ਤੇ 12ਵੀਂ ਜਮਾਤ ਦੀ ਪਾਸ ਪਰਸੈਂਟੇਜ 87.33% ਹੈ ਜਿਹੜੇ ਵੀ ਵਿਦਿਆਰਥੀਆਂ ਦੀ 10ਵੀਂ ਜਾਂ 12ਵੀਂ ਜਮਾਤ ਵਿੱਚੋਂ ਕੰਪਾਰਟਮੈਂਟ ਆਈ ਹੈ ਕੰਪਾਰਟਮੈਂਟ ਦੇ ਪੇਪਰ ਜੁਲਾਈ ਮਹੀਨੇ ਵਿੱਚ ਹੋਣਗੇ ਤੇ ਜਦੋਂ ਵੀ ਇਹ ਸਬੰਧੀ ਫਾਰਮ ਫਿਲ ਹੋਣਗੇ ਤਾਂ ਇੱਕ ਵੀਡੀਓ ਰਾਹੀਂ ਮੈਂ ਤੁਹਾਨੂੰ ਇਸ ਦੀ ਜਾਣਕਾਰੀ ਦੇ ਦੇਵਾਂਗਾ ਇਸ ਲਈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਨੂੰ ਜਰੂਰ ਸਬਸਕ੍ਰਾਈਬ ਕਰੋ ਦੋਸਤੋ CBSE ਦੇ ਅਧੀਨ 10ਵੀਂ ਤੇ 12ਵੀਂ ਜਮਾਤ ਦਾ ਰਿਜ਼ਲਟ ਦੇਖਣ ਲਈ ਕਿਸੇ ਵੀ ਵੈਬ ਬ੍ਰਾਊਜ਼ਰ ਨੂੰ ਓਪਨ ਕਰੋ ਕਿਸੇ ਵੀ ਵੈਬ ਬ੍ਰਾਊਜ਼ਰ ਨੂੰ ਓਪਨ ਕਰੋ ਤੇ ਇਸ ਵਿੱਚ ਟਾਈਪ ਕਰੋ cbse.gov.in ਤੇ ਸਰਚ ਕਰੋ ਰਿਜ਼ਲਟ ਆਪਸ਼ਨ ਤੇ ਕਲਿੱਕ ਕਰੋ examination result 2023 دوستੋ ਇੱਥੇ 10ਵੀਂ ਤੇ 12ਵੀਂ ਜਮਾਤ ਦੇ ਰਿਜ਼ਲਟ ਦੇ ਲਿੰਕ ਪ੍ਰੋਵਾਈਡ ਕਰਾਏ ਗਏ ਹਨ ਸੋ ਜਿਸ ਵੀ ਕਲਾਸ ਦਾ ਤੁਸੀ ਰਿਜ਼ਲਟ ਚੈੱਕ ਕਰਨਾ ਹੈ ਉਸ ਤੇ ਕਲਿੱਕ ਕਰੋ ਵਿਦਿਆਰਥੀ ਦੁਆਰਾ ਇੱਥੇ ਆਪਣਾ ਰੋਲ ਨੰਬਰ ਫਿਲ ਹੋਵੇਗਾ ਸਕੂਲ ਨੰਬਰ ਡੇਟ ਆਫ ਬਰਥ ਤੇ ਐਡਮਿਟ ਕਾਰਡ ਦਾ ਨੰਬਰ ਇਹਨਾਂ ਨੂੰ ਐਂਟਰ ਕਰੋ ਤੇ ਸਬਮਿਟ ਆਪਸ਼ਨ ਤੇ ਕਲਿੱਕ ਕਰੋ ਤੁਹਾਡਾ ਰਿਜ਼ਲਟ ਸ਼ੋ ਹੋ ਜਾਵੇਗਾ ਸੋ ਇਸੇ ਤਰ੍ਹਾਂ ਜੇਕਰ ਤੁਸੀਂ 12ਵੀਂ ਜਮਾਤ ਦਾ ਰਿਜ਼ਲਟ ਦੇਖਣਾ ਚਾਹੁੰਦੇ ਹੋ ਤਾਂ ਲਿੰਕ ਤੇ ਕਲਿੱਕ ਕਰੋ ਇੱਥੇ ਰੋਲ ਨੰਬਰ ਐਂਟਰ ਕਰੋ ਸਕੂਲ ਨੰਬਰ ਐਂਟਰ ਕਰੋ ਐਡਮਿਟ ਕਾਰਡ ਦਾ ਨੰਬਰ ਐਂਟਰ ਕਰੋ ਤੇ ਸਬਮਿਟ অপਸ਼ਨ ਤੇ ਕਲਿੱਕ ਕਰੋ ਤੁਹਾਡਾ ਰਿਜ਼ਲਟ ਸ਼ੋ ਹੋ ਜਾਵੇਗਾ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਉਸ ਦਾ ਪ੍ਰਿੰਟ ਆਊਟ ਕੱਢ ਸਕਦੇ ਹੋ ਤੁਹਾਡੇ ਪ੍ਰਾਪਤ ਕੀਤੇ ਨੰਬਰਾਂ ਦੀ ਪਰਸੈਂਟੇਜ ਕੀ ਬਣਦੀ ਹੈ ਇਸ ਨੂੰ ਚੈੱਕ ਕਰਨ ਲਈ ਕੈਲਕੂਲੇਟਰ ਓਪਨ ਕਰੋ ਜਿੰਨੇ ਤੁਸੀਂ ਮਾਰਕਸ ਪ੍ਰਾਪਤ ਕੀਤੇ ਹਨ ਉਹਨਾਂ ਨੂੰ ਐਂਟਰ ਕਰੋ ਮੰਨ ਲਓ ਅਸੀਂ 440 ਨੰਬਰ ਪ੍ਰਾਪਤ ਕੀਤੇ ਹਨ ਇਸ ਨਾਲ 00 ਲਗਾਓ ਤੇ ਇਸ ਨੂੰ ਟੋਟਲ ਰਕਮ ਨਾਲ ਡਿਵਾਈਡ ਕਰ ਦਿਵੋ ਐਂਟਰ ਦਬਾਓ ਸੋ 88% ਨੰਬਰ ਹਨ ਸੋ ਇਸੇ ਫਾਰਮੂਲੇ ਨਾਲ ਤੁਸੀਂ ਪਰਸੈਂਟੇਜ ਕੱਢ ਸਕਦੇ ਹੋ ਦੋਸਤੋ ਜੇਕਰ ਵੀਡੀਓ ਵਿੱਚਲੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਕੀਪ ਲਰਨਿੰਗ ਲਰਨ ਮੋਰ ਥੈਂਕ ਯੂ